प्यारे बच्चों ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਕਲਾਸ ਦਾ ਰਿਜ਼ਲਟ ਡਿਕਲੇਅਰ ਕਰ ਦਿੱਤਾ ਹੈ ਜੀ ਤੇ ਆਓ ਦੇਖਦੇ ਹਾਂ ਕਿ ਬੱਚੇ ਆਪਣਾ ਰਿਜ਼ਲਟ ਕਿਸ ਤਰ੍ਹਾਂ ਦੇਖ ਸਕਦੇ ਹਨ ਸਭ ਤੋਂ ਪਹਿਲਾਂ ਤੁਸੀਂ ਜੋ Google Search Engine ਹੈ ਉਸ ਨੂੰ ਖੋਲ ਲੈਣਾ ਹੈ ਜੀ Google ਤੇ ਚਲੇ ਜਾਣਾ ਹੈ ਤੇ ਉੱਥੇ ਜਾ ਕੇ ਤੁਸੀਂ ਟਾਈਪ ਕਰਨਾ ਹੈ India Result ਤੁਸੀਂ ਟਾਈਪ ਕਰ ਦੇਣਾ ਹੈ ਜੀ India Result ਜਿਸ ਤਰ੍ਹਾਂ ਮੈਂ ਇੱਥੇ ਟਾਈਪ ਕਰ ਦਿੱਤਾ ਹੈ ਇਸ ਨੂੰ ਆਪਾਂ ਸਰਚ ਕਰਦੇ ਹਾਂ ਤੇ ਸਭ ਤੋਂ ਜੋ ਪਹਿਲੀ ਸਾਈਟ ਹੈ indiaresult.com ਇਹ ਖੁੱਲ ਜਾਏਗੀ ਜੀ ਇਸ ਦੇ نیچے ਦੇਖੋ ਇੱਕ ਆਪਸ਼ਨ ਆ ਰਹੀ ਹੈ ਆਪਾਂ ਨੂੰ ਪੰਜਾਬ ਆਪਾਂ ਪੰਜਾਬ ਦੇ ਉੱਪਰ ਹੁਣ ਕਲਿੱਕ ਕਰ ਦੇਣਾ ਹੈ ਜੋ ਪੰਜਾਬ ਜਿੱਥੇ ਲਿਖਿਆ ਹੈ ਉੱਥੇ ਆਪਾਂ ਕਲਿੱਕ ਕਰ ਦੇਣਾ ਹੈ ਜੀ ਜਦੋਂ ਆਪਾਂ ਪੰਜਾਬ ਤੇ ਕਲਿੱਕ ਕਰਾਂਗੇ ਤੇ ਹੁਣ ਦੇਖੋ ਇਸ ਤਰ੍ਹਾਂ ਦਾ ਪੇਜ ਆਪਣੇ ਕੋਲ ਖੁੱਲ ਜਾਏਗਾ ਜਿੱਥੇ ਪਹਿਲੇ ਨੰਬਰ ਤੇ ਲਿਖਿਆ ਹੋਇਆ ਹੈ ਜੀ ਪੰਜਾਬ ਸਕੂਲ ਸਿੱਖ ਐਜੂਕੇਸ਼ਨ ਬੋਰਡ ਮਿਡਲ ਐਗਜ਼ਾਮੀਨੇਸ਼ਨ ਰਿਜ਼ਲਟ ਮਾਰਚ 2022 ਨਾਉ ਅਵੇਲੇਬਲ ਤੇ ਆਪਾਂ ਜਿੱਥੇ ਲਿਖਿਆ ਹੈ ਨਾਉ ਅਵੇਲੇਬਲ ਉਥੇ ਆਪਾਂ ਕਲਿੱਕ ਕਰ ਦੇਣਾ ਹੈ ਜੀ ਜਿੱਥੇ ਆਪਣੇ ਕੋਲ ਨਾਉ ਅਵੇਲੇਬਲ ਲਿਖਿਆ ਹੈ ਇਸ ਜਗ੍ਹਾ ਤੇ ਆਪਾਂ ਕਲਿੱਕ ਕਰ ਦੇਣਾ ਹੈ ਜੀ ਇਸ ਜਗ੍ਹਾ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਦੀ ਵਿੰਡੋ ਆਪਣੇ ਕੋਲ ਖੁੱਲ ਜਾਏਗੀ ਇਸ ਤਰ੍ਹਾਂ ਦਾ ਪੇਜ ਖੁੱਲ ਜਾਏਗਾ ਇੱਥੇ ਆਪਾਂ ਬੱਚੇ ਦਾ ਰੋਲ ਨੰਬਰ ਫਿਲ ਕਰ ਦੇਣਾ ਹੈ ਤੇ ਇਸ ਜਗ੍ਹਾ ਤੇ ਗੋ ਤੇ ਆਪਾਂ ਕਲਿੱਕ ਕਰ ਦੇਣਾ ਹੈ ਜੀ ਸਿਰਫ ਇਸ ਤਰ੍ਹਾਂ ਬੱਚੇ ਦਾ ਸਿਰਫ ਆਪਾਂ ਰੋਲ ਨੰਬਰ ਫਿਲ ਕਰਕੇ ਹੀ बच्चे का रिजल्ट पता कर सकते हैं नीचे नेम वाला कॉलम भी है जहाँ जेम से तुम क्लिक करके बच्चे का रिजल्ट पता कर सकते हो जो रोल नंबर पर तो आप इतने बच्चे का रोल नंबर फिल करके इसका रिजल्ट फाइंड आउट करते हैं जी ये देखो बच्चे का मैं रोल नंबर रोल नंबर फिल कर रहा हाँ ये बच्चे का हम आप रोल नंबर फिल कर दिता है जी ਤੇ ਹੁਣ ਆਪਾਂ ਗੋ ਦੇ ਉੱਪਰ ਕਲਿੱਕ ਕਰ ਦਿੰਦੇ ਹਾਂ ਜੀ ਦੇਖੋ ਗੋ ਦੇ ਉੱਪਰ ਕਲਿੱਕ ਕਰ ਦਿੰਦੇ ਹਾਂ ਜੋ ਫਰਸਟ ਉੱਪਰ ਗੋ ਲਿਖਿਆ ਹੈ ਤੇ ਇਹ ਦੇਖੋ ਹੁਣ ਆਪਣੇ ਕੋ ਬੱਚੇ ਦਾ ਰਿਜ਼ਲਟ ਖੁੱਲ ਜਾਏਗਾ ਪਹਿਲਾਂ ਦੇਖੋ ਬੱਚੇ ਦਾ ਆਪਣੇ ਕੋ ਰੋਲ ਨੰਬਰ ਹੈ ਰਜਿਸਟ੍ਰੇਸ਼ਨ ਨੇਮ ਹੈ ਇਹ ਬੱਚੇ ਦੀ ਪੂਰੀ ਆਪਣੇ ਕੋ ਡਿਟੇਲ ਆ ਜਾਏਗੀ ਜੀ ਤੇ ਹੁਣ ਇਸ ਤੋਂ نیچے ਦੇਖੋ ਆਪਣੇ ਕੋ ਬੱਚੇ ਦੇ ਜੋ ਮਾਰਕਸ ਹਨ ਉਹ ਕੱਲੇ-ਕੱਲੇ ਸਬਜੈਕਟ ਦੇ ਵਿੱਚ ਆਪਾਂ ਨੂੰ ਸ਼ੋ ਹੋ ਰਹੇ ਹਨ ਪੰਜਾਬੀ ਵਿੱਚੋਂ ਹਿੰਦੀ ਵਿੱਚੋਂ ਇੰਗਲਿਸ਼ ਮੈਥ ਸਾਇੰਸ ਐਸਐਸ ਤੇ نیچے ਆਪਣੇ ਕੋ ਏ ਜੋ ਚਾਰ ਸਬਜੈਕਟ ਹਨ ਇਹ ਆਪਣੇ ਕੋ ਗ੍ਰੇਡਿੰਗ ਸਬਜੈਕਟ ਹਨ ਬਟ ਇਸਦੇ ਵੀ ਇਸ ਤਰ੍ਹਾਂ ਨੰਬਰ ਨਜ਼ਰ ਆ ਰਹੇ ਹਨ ਬਟ ਇਹ ਆਪਣੇ ਕੋ ਗ੍ਰੇਡਿੰਗ ਸਬਜੈਕਟ ਹਨ ਇਸ ਲਈ ਟੋਟਲ ਆਪਣੇ ਕੋ ਇਹ ਜੋ ਚਾਰ 6 ਮੇਨ ਸਬਜੈਕਟ ਹਨ ਇਹਨਾਂ ਦੇ ਵਿੱਚੋਂ ਹੀ ਬੱਚੇ ਦੇ ਨੰਬਰ ਲੱਗ ਕੇ نیچے ਆਏ ਹੋਏ ਹਨ 600 ਦੇ ਵਿੱਚੋਂ ਬੱਚੇ ਨੇ ਸਕਿਉਰ ਕੀਤੇ ਹਨ ਜੀ 497 ਨੰਬਰ ਤੇ ਜੇਕਰ ਤੁਸੀਂ ਇਸ ਦੀ ਪਰਸੈਂਟੇਜ ਫਾਈਂਡ ਆਊਟ ਕਰਨੀ ਹੈ ਕਿ ਕਿੰਨੇ ਪਰਸੈਂਟ ਦੇ ਬੱਚੇ ਨੇ ਨੰਬਰ ਲੈ ਹਨ ਤੇ ਇਹ ਜੋ ਨੰਬਰ ਬੱਚੇ ਨੇ ਲੈ ਹਨ 497 ਇਸ ਨੂੰ ਆਪਾਂ 6 ਦੇ ਨਾਲ ਡਿਵਾਈਡ ਕਰ ਦੇਣਾ ਹੈ ਤੇ ਉਸ ਦੀ ਓਵਰਆਲ ਪਰਸੈਂਟੇਜ ਆ ਜਾਏਗੀ ਇਸ ਨੂੰ ਜੇਕਰ ਆਪਾਂ ਡਿਵਾਈਡ ਕਰਾਂਗੇ ਤੇ ਇਹ ਆਪਣੇ ਕੋ ਆ ਜਾਏਗਾ 82.83 ਪਰਸੈਂਟੇਜ ਤੇ ਇਸੇ ਤਰ੍ਹਾਂ ਤੁਸੀਂ ਕਿਸੇ ਵੀ ਬੱਚੇ ਦਾ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ ਜੀ ਤੇ نیچے ਆਪਣੇ ਕੋ نیچے ਗ੍ਰੇਡਿੰਗ ਡਿਸਟ੍ਰੀਬਿਊਸ਼ਨ ਵੀ ਦਿੱਤੀ ਹੋਈ ਹੈ ਕਿ ਜੋ ਬੱਚੇ ਦੇ ਇਸ ਤਰਫ ਜੋ ਗ੍ਰੇਡ ਲੱਗੇ ਹਨ ਕੱਲੇ-ਕੱਲੇ ਸਬਜੈਕਟ ਦੇ ਉਹ ਕਿਸ ਦੇ ਅਕੋਰਡਿੰਗ ਉਹਨਾਂ ਨੇ ਗ੍ਰੇਡ ਲਾਏ ਹਨ ਇਹ ਆਪਣੇ ਕੋ ਗ੍ਰੇਡਿੰਗ ਦਾ ਪੂਰਾ ਪੈਟਰਨ ਹੈ ਜੀ ਇਸ ਨੂੰ ਵੀ ਤੁਸੀਂ ਦੇਖ ਲੈਣਾ ਕਿ ਆਪਣੇ ਕੋ ਕਿੰਨੇ ਤੋਂ ਲੈ ਕੇ ਕਿੰਨੇ ਨੰਬਰ ਹਨ ਬੱਚੇ ਤੇ ਤਾਂ ਉਸ ਦੀ ਕੀ ਆਪਣੇ ਕੋ ਗ੍ਰੇਡਿੰਗ ਲੱਗੇਗੀ ਹੋਪਸ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਰਿਜ਼ਲਟ ਕਿਸ ਤਰ੍ਹਾਂ ਚੈੱਕ ਕਰਨਾ ਹੈ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਹੈ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਦੇਣਾ ਧੰਨਵਾਦ